उम्मीद करते हैं हरे ठीक ठाक होवोंगे। नवे ब्लॉग की करती आप स्टार्टिंग। अज अपनी आई है फस्ट इनकम यूट्यूब की, थोड़े सारे की सपोर्ट नाल, सारे के रिश्तेदार मित्रां दे सहयोग नाल। दो महीने पहला आ गए थे, असीं चल कढ़ाउणे अज भी थोड़े जिहे वध हो जाणगे तां करके अज कढ़ाउण जांदे आ। फिर इह वधिया लगण वैसे ते थोड़े सारयां दी सपोर्ट नाल इत्थे तक पहुंचिया सी अकाउंट नूं। तुसीं 2 महीनियां च मोनीटाइज कराता सिर्फ 25-30 वीडियो नाल, मतलब टोटल हुण अपने 40 वीडियो होणगे, है ना। 40 वीडियो नाल बस इन्ने क पैसे आ गए, असीं दस नहीं सकते भी किन्ने आ गए, वो इहदी यूट्यूब की पॉलिसी के खिलाफ होंदा गा। ते होर कुछ बोलो, बस भाभी नूं गड्डी भी सिखाउणी अज्ज, ते जिन्हें इहनूं नहीं सबसक्राइब किया वो सारे सबसक्राइब कर लो बाबे के यूट्यूब ते जाके। ठीक है भाभी, अज्ज फिर की खवा के लियाउंगे भाभी? पार्टी का थोड़ा हक बनता अज्ज। बस फिर मेनू पैसे आए ने ₹500। ਬੈਂਕਾਂ ਤਾਂ ਜੋ ਸੁੰਡੇ ਕਰਕੇ ਬੰਦ ਨੇ ਗੀਆਂ, ਏਟੀਐਮ ਤਾਂ ਖੁੱਲਾ, ਏਟੀਐਮ ਵੀ ਬੰਦ ਤਾਂ ਨਹੀਂ ਹੋਣਾ ਸੀ। ਓਏ ਆ ਜਾ ਹੁਣ, ਆ ਜਾ ਅੱਧੇ ਕਪੜੇ ਇੱਥੇ ਰਹਿ ਗਏ, ਕੋਈ ਨਾ ਹੋਰ ਲਿਆ, ਚਾਹੇ ਦੋ ਵਾਰੀ ਹੋਰ ਕੱਢ ਲਾ ਹੁਣ ਤਾਂ। ਕੋਈ ਨਾ कट ला कट ला ले अद्धे क दे दे ना कढ़ाउण तो उपरंत मंडी च आ गए। भाभी वही गड्डी, मैं नहीं बहिंदा।
ਮਤਲਬ ਬਾਹਰ ਹੀ ਖੜੂੰਗਾ ਬੈਠਾ ਸੀਟ ਸੂਟ ਮੂਹਰ ਨੂੰ ਕਰਦੇ ਮਾੜੀ ਜੀ ਮਤਲਬ ਡਰ ਲੱਗਦਾ ਬਰੇਕ ਹੀ ਨੀ ਪਤਾ ਹੁਣ ਕਲੱਚ ਦੱਬ ਕਲੱਚ ਕਿਹੜਾ ਗਾ ਰੇਸ ਛੱਡ ਦੇ ਨੇ ਅਜੇ ਆਂਟੀ ਤੇ ਚੜ ਜੇ ਸਿੱਧੀ ਵੀ ਕਰ ਗੋਲੀ ਘੁਮਾਈ ਜਾਂਦੀ ਆ ਗੀ ਸਿੱਧੀ ਕਿੱਡੀ ਦੂਰ ਪਈ ਹੈ ਸਿੱਧੀ ਕਰ ਲੈਣਾ ਕਿਉਂ ਗੋਲ ਗੋਲ ਘੁਮਾਈ ਜਾਂਦੀ ਚਾਬੀ ਤੋਂ ਹੋਊਗੀ ਹੋਰ ਦੱਸ ਇਹਨੂੰ ਤਾਂ ਹੁਣ ਕਰਦੇ ਤੂੰ ਹੋਊਗੀ ਇਹਨੂੰ ਤਾਂ ਹੁਣ ਕਰਦੇ ਘੁਮਾਈ ਰੱਖ ਜਿੰਨਾ ਟਾਈਮ ਸਟਾਰਟ ਨੀ ਹੁੰਦੀ ਬਸ ਛੱਡ ਦੋ ਰੇਸ ਥੋੜੀ ਹੋਰ ਦੇ ਦੋ ਗੋਹਾ ਬਹੁਤ ਪਿਆ ਮੰਡੀ ਚ ਗੜੀ ਤਾਂ ਇੱਥੋਂ ਹੀ ਧਵਾਉਂਦਾ ਕਲੱਚ ਦਾ ਜਮਾ ਛੱਡ ਦਿੰਦੇ ਹੁੰਦੇ ਮੈਂ ਇੱਕ ਬੋਲ ਸਕਦਾ ਭਾਬੀ ਨੇ ਬ੍ਰੇਕ ਲਾਏ ਨੇ ਕਲੱਚ ਦੱਬ ਕੇ ਬ੍ਰੇਕ ਲਾਏ ਨੇ ਸਿੱਧਾ ਬ੍ਰੇਕ ਦੱਬ ਕੇ ਕਲੱਚ ਪਹਿਲਾਂ ਬ੍ਰੇਕ ਦੱਬ ਲਿਆ ਮੈਂ ਕਿਹਾ ਕਲੱਚ ਦੱਬ ਲਿਆ ਬ੍ਰੇਕ ਹੀ ਠੋਕੇ ਸਿੱਧਾ ਚੱਲ ਸਟਾਰਟ ਕਰ ਸਟਾਰਟ ਹੀ ਕਰਨਾ ਸਿੱਖਿਓ ਐ ਜਾ ਗਏ ਕਲੱਚ ਲੱਭੋ ਪਹਿਲਾਂ ਕਲੱਚ ਹੌਲੀ ਛੱਡਿਆ ਕਰ ਨਾਲ ਰੇਸ ਵੀ ਦੇਣੀ ਹੁੰਦੀ ਆ ਥੋੜੀ ਥੋੜੀ ਹੁਣ ਇੱਧਰ ਵਾਲੀ ਲੈ ਗਏ ਘੱਟ ਮੋੜ ਲਾ ਕਰੂ ਦੋਨੇ ਹੱਥਾਂ ਨਾਲ ਆਏ ਆ ਛੱਡ ਛੱਡ ਕਿਉਂ ਆਏ ਦੇਖੀ ਪਿਆਰ ਨੇ ਮਾੜੇ ਮਾੜੇ ਨਾਲ ਇੱਕ ਹੱਥ ਨਾਲ ਮੋੜਿਆ ਕਰ ਤੁਸੀਂ ਤਾਂ ਬੇਟਾ ਹੁਣ ਦੇਖੀ ਆਈ ਨੂੰ ਮੈਨੂੰ 10 ਮਿੰਟ ਨਹੀਂ ਹੋਏਗਾ ਤੁਸੀਂ ਤਾਂ ਪਹਿਲੇ ਹੀ ਲੱਗ ਗਏ ਮੇਰੇ ਤੇ ਤਾਂ ਐਂ ਵੀ ਹੁਣ ਜਦੋਂ ਮੈਂ ਸਿੱਖੀ ਕਿ ਮੈਨੂੰ ਉਹਦੇ ਨਹੀਂ ਮਤਲਬ ਇਹ ਪਤਾ ਵੀ ਨਹੀਂ ਕਿਵੇਂ ਕਰਨਾ ਹੈ ਇਹ ਤੈਨੂੰ ਦੱਸੀ ਤਾਂ ਜਾਂਦੇ ਆ ਜਿਹੜੇ ਹਿਸਾਬ ਨਾਲ ਭਾਬੀ ਕਹਿੰਦੀ ਜੇ ਮੈਂ ਬੈਂਡ ਲੈ ਸਕਦੀ ਹਾਂ ਗੱਡੀ ਵੀ ਸਿੱਖ ਲੂੰ ਬੈਂਡ ਕਿਹੜਾ ਸੜਕਾਂ ਨੂੰ ਜਾ ਕੇ ਲੈਣੇ ਨੇਗੇ ਇਹ ਸੜਕ ਤੇ ਚਲਾਉਣੀ ਹੈ ਗੱਡੀ ਇਧਰੋਂ ਮੂਹਰੇ ਵੀ ਕੋਈ ਜਾ ਕੇ ਵੱਜ ਸਕਦਾ ਬੈਂਡਾਂ 'ਚ ਕੋਈ ਵੱਜਦਾ ਤਾਂ ਨਹੀਂ ਮੂਹਰੋਂ ਪਿੱਛੇ ਤਾਂ ਨਹੀਂ ਆਉਂਦਾ ਕੋਈ ਜਿਵੇਂ ਜਿਵੇਂ ਮੈਂ ਨਾਲ ਤੇਰੇ ਮੁੜਵਾਉਂਗਾ ਨਾ ਬਸ ਅੱਗੇ ਵਾਸਤੇ ਵੀ ਤੂੰ ਹੀ ਚਲਾਉਣੀ ਆ ਕਲੱਚ
ਕਲੱਚ ਦੂਜਾ ਬਲ ਤੀਜਾ ਯਾਰ ਤੀਜਾ ਹੈਗਾ ਮੈਂ ਕਿਹਾ ਚੱਲ ਆਪਾਂ ਬੈਠ ਕੇ ਲੰਘੀ ਜਾਣ ਦੋ ਸਾਰਿਆਂ ਨੂੰ ਮੈਂ ਕਿ ਇੱਥੋਂ ਕੋਈ ਨਾ ਤੂੰ ਮੋੜ ਆਪ ਵੀ ਮੋੜ ਫੇਰ ਹੀ ਸਿੱਖੇਂਗੀ ਕਲੱਚ ਛੱਡ ਕਲੱਚ ਹੌਲੀ ਹੌਲੀ ਛੱਡਣਾ ਹੌਲੀ ਹੌਲੀ ਕਲੱਚ ਛੱਡਣਾ ਹੌਲੀ ਹੌਲੀ ਰੇਸ ਦੇਣੀ ਆ ਇਹਨੂੰ ਮੋੜਨਾ ਵੀ ਆ ਸਟੀਅਰਿੰਗ ਨੂੰ ਇੱਧਰ ਨੂੰ ਚੱਲ ਇੱਧਰ ਹੀ ਲੈ ਕੇ ਆਣੇ ਸਿੱਧੀ ਜਿੱਧਰ ਮਰਦੀ ਨਾ ਚੱਲ ਹੁਣ ਤਾਂ ਗੇਅਰ ਹੀ ਪਾਉਣੇ ਔਖੇ ਨੇ ਚਲਾ ਤਾਂ ਲਊਗੀ ਸਿੱਧੀ ਤਾਂ ਸਟੀਅਰਿੰਗ ਤਾਂ ਸਾਂਭਿਆ ਜਾਊਗਾ ਹੈ ਸੁਮਣ ਜੇ ਇੱਥੋਂ ਮੋੜਨੀ ਹੋਵੇ ਗੱਡੀ ਮੋੜ ਲੇਗੀ ਚੱਲ ਤੇ ਗੱਡੀ ਵਧੀਆ ਸਿੱਖ ਗਿਆ ਤੈਨੂੰ ਪਾਪੜ ਖਵਾਉਣੇ ਆ ਉਹਦੇ ਪਾਪੜ ਵਾਲਾ ਦੇਖ ਲਾ ਖਾ ਲਾ ਪਾਪੜ ਖਾ ਲਾ ਕੀ ਕਹੇਗੀ ਮੈਨੂੰ ਪਤਾ ਨੀ ਚੱਲ ਕੋਈ ਨਾ ਰੋਣਾ ਬਸ ਘਰੇ ਆ ਗਏ ਸੀਗੇ ਹਨੇਰਾ ਹੋ ਗਿਆ ਕੱਪੜੇ ਕੁਪੜੇ ਬਦਲ ਲਏ ਸੀਗੇ ਹੁਣ ਨਾ ਨੂੰ ਕਿ ਦੁਆਰੇ ਡੈਡੀ ਕਿਤੇ ਗਏ ਵੇ ਸੀ ਡੈਡੀ ਨੂੰ ਪੈਸੇ ਫੜਾਉਣੇ ਨੇ ਹਲੇ ਕਿਉਂ ਪੈਸੇ ਤਾਂ ਦੇ ਦਿਓ ਕਿੱਥੇ ਨੇ ਇਹ ਤਾਂ ਥੋੜੇ ਜਿਹੇ ਨੇ ਬਾਕੀ ਭਾਬੀ ਇੰਨਾ ਖੜਿਆਰ ਖੜਾਇਆ ਤੁਹਾਨੂੰ ਇਹ ਬਲੌਗ ਥੋੜ੍ਹੀ ਜਲਦੀ ਤੋਂ ਜਲਦੀ ਆਉਣਗੇ ਇੱਕ ਨਵਾਂ ਸਰਪ੍ਰਾਈਜ਼ ਆ ਇਹ ਵੀ ਤੁਹਾਨੂੰ ਦੇਵਾਂਗੇ ਸਰਪ੍ਰਾਈਜ਼ ਨਾ ਦੇਣਾ ਹਾਲੇ ਸਰਪ੍ਰਾਈਜ਼ ਹਾਂ ਕਿਸੇ ਨੂੰ ਨਹੀਂ ਦੱਸਿਆ ਹਾਲੇ ਇਹ ਆਉਣ ਵਾਲੇ ਬਲੌਗਾਂ 'ਚ ਹੈ ਦੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਗੱਲਬਾਤ ਹੈ ਬਾਬੇ ਦੀ ਕਿਰਪਾ ਨਾਲ ਸਾਡੇ ਲਵੇ ਪੈਸੇ ਨੇ ਅੱਜ ਮੋਟਾ ਰੁਪਈਆ ਮੈਨੂੰ ਇਕੱਠੇ ਕਰਕੇ ਦਿਓ ਸਾਰੇ ਰੈਡੀ ਇੱਕ ਸਰਪ੍ਰਾਈਜ਼ ਦੇਵਾਂ ਤੁਹਾਨੂੰ ਹੈਂ ਦੇਖ ਲਓ ਪੈਸੇ ਦਊਂਗਾ ਤੁਹਾਨੂੰ ਹਾਂ ਲਾਈਟਾਂ ਚਲਾਉਣ ਵਾਲੀਆਂ ਨੇ ਫਿਰ ਮੰਗਦੀ ਹੁੰਦੇ ਜਿੱਦ ਕਿਤੇ ਦਿੱਤੇ ਨੀ ਹੈਂ ਰਾਗ ਇਕੱਠੀ ਆ ਗਏ ਹੁਣ ਸਾਡੇ ਤੁਸੀਂ ਉਦਾਂ ਕਹਿੰਦੇ ਚੱਕੀ ਫਿਰਦੇ ਕੈਮਰਾ ਜਾ ਹੈ ਐ ਨੀ ਦੱਸਣਾ ਹੈਗਾ ਬਸ ਹਿਸਾਬ ਚ ਲਾ ਲਓ ਕਿੰਨੇ ਕ ਆ ਗਏ ਲਾ ਲਓ ਜੱਜਮੈਂਟ ਹੋਰ ਨੀ ਪਾਉਣ ਦੀ ਲੋੜ ਚੰਗੀ ਗੱਲ ਆ ਕੰਮ ਕਰਿਆ ਦੇਤੇ ਫਿਰ ਅੱਜ ਇਕੱਠੇ ਹੀ ਦੇਤੇ ਤੇ ਇੱਥੇ ਆਪਣਾ ਅੱਜ ਦਾ ਬਲੌਗ ਖਤਮ ਹੁੰਦਾ ਗਾ ਤੇ ਜੇ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡਾ ਇੰਨਾ ਸਾਥ ਦਿੱਤਾ ਤੁਸੀਂ ਵੀ ਬੋਲੋ ਕੁਛ ਥੈਂਕ ਯੂ ਹਾਂ ਤੇ ਇਹ ਤੁਹਾਡੇ ਕਰਕੇ ਹੋਰ ਸਪੋਰਟ ਕਰਦੇ ਰਹੋ ਨਵੇਂ ਨਵੇਂ ਬਲੌਗ ਆਉਂਦੇ ਰਹਿਣਗੇ ਤੇ ਆਹ ਸਰਪ੍ਰਾਈਜ਼ ਤੁਹਾਨੂੰ ਹੋਰ ਦੇਵਾਂਗੇ ਆਉਣ ਵਾਲੇ ਬਲੌਗਾਂ 'ਚ ਅਗਲੇ ਬਲੌਗ 'ਚ ਇਹ ਸਰਪ੍ਰਾਈਜ਼ ਤੁਹਾਨੂੰ ਦੇਵਾਂਗੇ ਮੰਮੀ ਪੈਸੇ ਫੜਾਤੇ ਡੈਡੀ ਨੂੰ ਯੂਟਿਊਬ ਦੇ ਪੈਸੇ ਹੈਗੇ ਊਂ ਸੁਣ ਤਾਂ ਪਹਿਲਾਂ ਦੱਸਤਾ ਸੀਗਾ ਡੈਡੀ ਨੂੰ ਹੁਣ ਦੱਸਿਆ ਡੈਡੀ ਮੰਨਦੇ ਨਹੀਂ ਸੀਗੇ ਮੰਮੀ ਤੂੰ ਤਾਂ ਨਹੀਂ ਪੜ੍ਹ ਲਿਆ
ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਹੋਰ ਬਸ ਸ਼ੇਅਰ ਕਰ ਆਉਣੀਆਂ ਨਵੀਆਂ ਵੀਡੀਓ ਹਾਂ ਨਵੀਆਂ ਵੀਡੀਓ ਸਰਪ੍ਰਾਈਜ਼ ਦੇਖਣ ਲਈ ਹਨਾ ਚੈਨਲ ਕਰਲੇ ਸਰ ਸਬਸਕ੍ਰਾਈਬ ਤੇ ਠੀਕ ਹੈ ਤਿਆਰ ਰਹੋ ਬਸ ਤਿਆਰ ਰਹੋ ਬਾਕੀ ਤੁਸੀਂ ਆਪ ਵੀ ਹਿਸਾਬ ਦਾ ਲਾ ਸਕਦੇ ਹੋਗੇ ਹੁਣ ਐਂ ਦੇਖ ਲਾ ਤੜਕੇ ਕਿਤੇ ਜਾਣਾ ਤਾਂ ਨਹੀਂ ਫਿਰ ਤਾਂ ਪੈਸੇ ਹੁਣ ਹੀ ਮੰਗ ਲਾ ਨਾ ਹੁਣ ਤਾਂ ਕਿਤੇ ਨਹੀਂ ਜਾਣਾ ਵਧੀਆ ਤੁਸੀਂ ਰੱਖੀ ਬੈਠੇ ਨੇ ਪੈਸੇ ਵੀ ਕਿਤੇ ਦੁਬਾਰੇ ਮੰਗ ਨਾ ਲੈਣ ਤੇ ਧੰਨਵਾਦ ਜੁੜੇ ਰਹੋ ਆਪਣੇ ਚੈਨਲ ਨਾਲ ਸ਼ੁਕਰੀਆ।